चाको दूसरा लून तो हाले डल वाला है नहीं, ये ही सार हो एक बार। तो मक्खी बहुत ज़्यादा उपर प बैठती है इन्हों के, ना मक्खिया दवाई तू दूसरी सी अह चिचड़ा जी एक बार छिड़कती है, तो देखते हैं किन्ना को फर्क पाँदी है। तो हर रोज़ यही छिड़कता करेंगे, वो देखो उड्डे फिरती मक्खी किन्नी सर दे उपर उपर फिरती, बैठ तो नहीं रही वैसे हले। ते चलते हैं पट्ठे पट्ठे लेके आने हैं हूँ। आ देखो होर 10 दिनों नू ना एन पूरा संघना छां कर देनी इन्हें, बड़ी त्रेल पैंदी आ। वैसे मैं हुण दूजी बार इत्थे पहला भी गया सी, पल्ली रख दाती कल घर लै गया सी, ते मैनू याद नहीं रहा हुण दोबारा लै के आया दात्री। उट दी पट्ठे तो फिर लगी है कोई अपना कम कर, कम तो चलिया। तो पिछले साल कि पता नहीं उस तो पिछले मैं याद नहीं, शक उस तो पिछले साल की गल ही है, इधर दी जाता हूँ सी लै उ राह। ओ देखो तो त्रेल पल्ले तक तो चलिया कम, तो आलू वगैरह भरने हैं, शायद पुदीना भी लाना होगा फुफड़ के अल, तो ओह तो पूरा भ्योंगी कणक जी। चलो लंघ जाने फिर इदा ही भज तो जाऊगा। वाह जी वाह, बड़ी त्रेल पई हुई है, बड़ी ज्यादा त्रेल पई हुई है। ओ जो ट्रांसफॉर्म खड़ा उतो अगे सड़क आ, नहा के पहुंचूंगा उ। इत हाँ ठीक है, इतने खुला आ गया एरिया, जंगलात जी घट गई, तो बाकी इदा का हाल करता थोड़ो। चलो नहाने तो बच गए, फूट पाट तो गिले हो गए पर नहाने तो बच गए। चलो पहुँचते आ गया ट्रांसफर इतों अगे हूँ सड़क। ये वार वार होंगे मेरे नाल इदा जो मतलब जिमें हम आ दिन च मैं इधर जा रहा, पिछले साल भी इन्होंने दिनों इधर जाता हूँ सी कम, तो मेरे नाल इदा हों पूरा एक साल बाद ना उही राह आ जाता, फिर मतलब कि जिंदगी विच चेंज नहीं हो रहा है ना, जिंदगी विच चेंज नहीं हो रहा क्योंकि पहला जिथे सी उत्थे ही खड़े हैं, बदलाव नहीं आ रहा, कोई चंगे दिन नहीं आ रहे मतलब है ना उही। चलो देखते हैं लाइफ कुछ इदा दी है। आ गई सड़क पहुँचते हैं, तो उत्थे पहुँचना आप। धुप्प इन्नी पैन लग गई ना, कणक ही है कुछ तो मिनटों मिनट ही आ देखो रंग जहा बदल गई, हाँ कुछ हरी है इधरली, इधरली थोड़ा रंग जहा बदली बैठी, पता नहीं कोई पानी पुनी की भी घाट आते, बाकी धुप्प पी बहुत आई। इत्थे लगे हैं आलू भरन, देखो
ਪਈਆਂ ਬੋਰੀਆਂ ਅੱਜ ਵਾਲੀਆਂ ਨਹੀਂ, ਇਹ ਦੋ ਤਿੰਨ ਦਿਨ ਆਈਆਂ। ਆਹ ਪਿਆ ਢੇਰ, ਅਤੇ ਬੰਦੇ ਸੀ ਥੋੜ੍ਹੇ ਘੱਟ ਅਤੇ ਕੰਮ ਹੈਗਾ ਜ਼ਿਆਦਾ, ਅਤੇ ਬੰਦੇ ਸਰਦਾਰ ਨੂੰ ਮਿਲਦੇ ਨਹੀਂ ਗੇ। ਜਦੋਂ ਬੰਦੇ ਇਹ ਪਤਾ ਕਰਨ ਜਾਂਦਾ ਉਦੋਂ ਬੰਦੇ ਆਪੋ ਆਪਣੇ ਕੰਮਾਂ 'ਤੇ ਚਲੇ ਜਾਂਦੇ ਆ। ਹਾਂ ਹੁਣ ਤਾਂ ਗੱਟੇ ਵੀ ਨਹੀਂ ਮਿਲਦੇ, ਗੱਟੇ ਪਹਿਲਾਂ ਹਰੀ ਲਾਈ ਹੋਈ ਸੀ ਜਾਲੀ, ਹੁਣ ਪੀਲੀ 'ਤੇ ਆ ਗਏ, ਪੁਰਾਣੀ ਜਾਲੀ ਨਹੀਂ। ਜਾਲੀ ਤਾਂ ਮਿਲ ਜਾਣੀ ਹਰੀ, ਫਿਰ ਬਦਲ ਦੇਣੇ ਆ ਗੱਟੇ ਆੜੇ। ਬਣ ਗਿਆ ਤਿੰਨ ਕੁ? ਉਹ ਜੀ ਕਰਕੇ ਛੁੱਟੀ, ਹੁਣ ਚੱਲੀਏ ਥੋੜ੍ਹਾ ਜਿਹਾ ਟਾਈਮ ਨਾਲ ਪੱਠੇ ਪੁੱਠੇ ਵੱਢਣੇ, ਅਤੇ ਇਸ ਕਰਕੇ 15-20 ਮਿੰਟ ਪਹਿਲਾਂ ਜਾਣਾ ਪੈਣਾ, ਅਤੇ ਫੜੀਏ ਆਪਣਾ ਰਾਹ। ਘਰ ਪਹੁੰਚਦੇ ਪਹੁੰਚਦੇ ਤਾਂ ਬਹੁਤ ਟਾਈਮ ਲੱਗ ਜਾਣਾ, 15-20 ਮਿੰਟ ਤੁਰਦੇ ਤੁਰਦੇ ਜਾਂਦੇ ਨੂੰ ਲੱਗ ਜਾਣੇ ਆ। ਸੁਬਾਹ ਨੂੰ ਸਾਰਾ ਪੱਠਿਆਂ ਪੁੱਠਿਆਂ ਦਾ ਜੁਗਾੜ ਕਰਕੇ ਆਊਂਗਾ, ਅਤੇ ਅੱਜ ਪਤਾ ਵੀ ਨਹੀਂ ਸੀ ਕਿੱਧਰ ਨੂੰ ਆਉਣਾ ਕੰਮ 'ਤੇ, ਅਤੇ ਇੱਕ ਟਾਈਮ ਦੇ ਵੱਡੇ ਸੀ ਇੱਕ ਟਾਈਮ ਦੇ ਨਹੀਂ, ਤਾਂ ਕਰਕੇ ਹੁਣ ਸੁਬਾਹ ਨੂੰ ਸਾਰਾ ਕਲੀਅਰ ਹੋਊਗਾ ਕੰਮ, ਫਿਰ ਆਵਾਂਗੇ। ਭੱਜ ਕੇ ਜਾਣਾ ਪੈਣਾ ਹਨੇਰਾ, ਨਹੀਂ ਤਾਂ ਪੈ ਜਾਣਾ ਪੱਠੇ ਵੱਢਦਿਆਂ ਵੱਢਦਿਆਂ, ਨਹੀਂ ਤਾਂ ਥੋੜ੍ਹੇ ਨਾ ਰਨਿੰਗ 'ਚ ਜਾਣਾ ਪੈਣਾ। ਸਾਹ ਚੜ ਗਿਆ, ਹੋ ਕਾਫੀ ਟਾਈਮ ਬਾਅਦ ਨਾ ਭੱਜਿਆ ਇੰਨਾ, ਉਹ ਕਿੱਥੋਂ ਆ ਗਏ ਫਿਰ ਵੀ, ਪਰ ਸਾਹ ਚੜਦਾ। ਪਹਿਲਾਂ ਰਨਿੰਗ ਕਰਦੇ ਹੁੰਦੇ ਸੀ ਅੱਜ ਤੋਂ 3-4 ਸਾਲ ਪਹਿਲਾਂ, ਬਸ ਫਿਰ ਜ਼ਿੰਮੇਵਾਰੀ ਨੇ ਘੇਰ ਲਿਆ ਵੀ ਆਇਆ ਇੱਧਰ, ਹੁਣ ਰਨਿੰਗ ਰੁਨਿੰਗ ਛੱਡ। ਚਲੋ ਜੀ ਹਨੇਰਾ ਪੈ ਗਿਆ, ਪੈਣ ਵਾਲਾ ਸੂਰਜ ਤਾਂ ਗਿਆ ਸਾਹਮਣੇ ਦੇਖੋ, ਅਤੇ ਲੈ ਉਸ ਜਗ੍ਹਾ ਆ ਗਏ ਜਿੱਥੇ ਸੁਬਹਾ ਸੁਬਹਾ ਤਰੇਲ 'ਚ ਆਏ ਸੀ, ਹੁਣ ਤਾਂ ਫਿਰ ਤਰੇਲ ਪੈਣੀ ਦੁਬਾਰਾ ਸ਼ੁਰੂ ਹੋ ਗਈ ਸ਼ਾਮ ਵਾਲੀ, ਇਸ ਮੌਕੇ ਤਾਂ ਹੋ ਹੀ ਜਾਂਦੀ ਆ। ਲਓ ਜੀ ਅਤੇ ਵਲੋਗਿੰਗ ਕਰਨੀ ਆਪਾਂ ਨੂੰ ਵਧੀਆ ਲੱਗਦੀ ਆ, ਠੀਕ ਹੈ, ਸ਼ੌਂਕ ਆ, ਅਤੇ ਕਾਫੀ ਟਾਈਮ ਹੋ ਗਿਆ ਹੁਣ ਤਾਂ ਤਕਰੀਬਨ 2 ਸਾਲ ਹੋ ਚੱਲਿਆ। 14 ਜੁਲਾਈ 2020 ਨੂੰ ਮੈਂ ਪਹਿਲੀ ਵੀਡੀਓ ਅਪਲੋਡ ਕੀਤੀ ਸੀ, ਅਤੇ ਜੁਲਾਈ 3 ਮਹੀਨੇ ਬਾਅਦ ਪੂਰੇ 2 ਸਾਲ ਹੋ ਜਾਣੇ ਆ ਵਲੋਗਿੰਗ ਕਰਦਿਆਂ ਨੂੰ, ਅਤੇ ਬਾਕੀ ਅਜੇ ਤਾਂ ਮਤਲਬ ਵਿਊ ਵਗੈਰਾ ਤਾਂ ਕੋਈ ਇੰਨੀ ਵੱਡੀ ਨਹੀਂ ਆਉਂਦੇ ਵਧੀਆ ਜੀ, ਅਤੇ ਦੱਸਿਆ ਵੀ ਸ਼ੌਂਕ ਬਹੁਤ ਆ, ਅਤੇ ਬਾਕੀ ਆਪਣੇ ਕੋਲ ਕੋਈ ਪੌਦਾ ਤਾਂ ਵੀ ਨਹੀਂ ਵੀ ਗੱਡੀਆਂ ਕਾਰਾਂ ਵਾਲੇ ਵੀ ਆਪਾਂ ਨੇ ਵੀ ਵਿੱਚ ਦਿਖਾਈ ਹੈ ਨਾ, ਜਿੱਦਾਂ ਦਿਖਾਉਂਦੇ ਹੁੰਦੇ ਆ ਜੋ ਆਪਾਂ ਕਰਦੇ ਹਾਂ ਨਾ ਸਾਰਾ ਦਿਨ 'ਚ ਕੰਮ ਕਾਰ, ਜ਼ਿਆਦਾ ਕੰਮ ਹੀ ਹੁੰਦੀ ਆ ਹੁਣ ਮਜ਼ਦੂਰ ਬੰਦੇ ਨੂੰ ਤਾਂ, ਅਤੇ ਉਹੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਆ, ਕਿਤੇ ਵੀਡੀਓ ਬਣ ਜਾਂਦੀ ਕਿਤੇ ਨਹੀਂ, ਅਤੇ ਮਤਲਬ ਕੋਸ਼ਿਸ਼ ਹੁੰਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਅਪਲੋਡ ਕਰੀਏ, ਅਤੇ ਵੀ ਚੰਗੀ ਵੀ ਵੀਡੀਓ ਅਪਲੋਡ ਹੋਵੇ, ਪਰ ਹਾਲੇ ਤਾਂ ਜੋ ਆਉਂਦਾ ਮਨ 'ਚ ਚੱਲੀ ਜਾਂਦਾ ਬਸ। ਅਤੇ ਮੈਂ ਸਿੱਧਾ ਹੁਣ ਘਰ ਨਹੀਂ ਜਾਣਾ, ਅਤੇ ਉੱਥੋਂ ਦਾਤੇ ਹੀ ਚੁੱਕਣੀ ਆ, ਅਤੇ ਇਸ ਸਾਈਡ ਇੱਧਰੋਂ ਵੱਢਦੇ ਵੱਢਦੇ ਤਾਂ ਹਨੇਰਾ ਹੋ ਜਾਣਾ, ਉਹ ਉੱਥੋਂ ਹੀ ਵੱਢ ਲੈਣਾ ਉੱਥੋਂ, ਕਿੱਥੇ ਮੈਨੂੰ ਉਹ ਉੱਥੇ ਜਾਣਾ ਪੈਣਾ। ਇੱਕ ਕਣਕ ਨੂੰ ਪਾਣੀ ਵੀ ਛੱਡਣਾ ਬੱਬੂ ਨੇ ਕਿਹਾ ਸੀ, ਉਹ ਵੀ ਛੱਡ ਕੇ ਆਉਣਾ, ਅਤੇ ਪਹਿਲਾਂ ਮੈਂ ਨਾ ਪਾਣੀ ਵਾਲੇ ਪਾਸੇ ਚਲਾ ਜਾਵਾਂ, ਫਿਰ ਨੇੜੂ ਪੱਠੇ ਵੱਢ ਕੇ ਅਤੇ ਘਰ ਸੁੱਟ ਦੂੰਗਾ, ਅਤੇ ਸੌਖਾ ਰਹੂਗਾ। ਆਇਆ ਤਾਂ ਮੈਂ ਤਾਂ ਹੀ ਸੀ ਕਿ ਮੈਂ ਉੱਥੋਂ ਪੱਠੇ ਵੱਢ ਲੂੰਗਾ ਉੱਧਰੋਂ, ਪਰ ਨਹੀਂ ਹੁਣ ਨਹੀਂ ਇਹ ਪੋਸੀਬਲ, ਅਤੇ ਜਲਦੀ ਜਲਦੀ ਮੂੰਹ ਐਂ ਕਰ ਦੇਵਾਂ ਇਹ ਕੰਮ ਨਿਬੇੜਦਾ ਪਹਿਲਾਂ, ਉੱਥੇ ਬਾਅਦ 'ਚ
लसन भी आ गया अपना जो कि बब्बू ने लाया हुआ। बब्बू की सांभ संभाल आ सारी खेत खेतों की। हूँ वाढ़नी पट्ठे जल्दी जल्दी च ना सारा काम किया नेरा भी देखो पैन की कतार च बस पैन वाला ही नेरा सिर्फ पट्ठे व्ढन आए रह गए वढ़ के। मैं थोनू दिखाना मैं कितों आया हने हने एक मिनट मैं बैक कैमरा करा। वो देखो सामने जिथे गुरद्वारा जग रहा वो पिंड ये वाला आवाज भी आ रही है इधरों गुरद्वारे चो आ इतों नक्का करता सक्का बाकी सारे तिने चारे कैर ना पानी चढ़ता। जल्दी जल्दी पट्ठे बढ़ा दात्री का भी याद भुल गया कितने रखी सी हनेरे जे विच लभनी भी नहीं लभ के देख लैने नहीं सुबह ना निशानी नहीं रखी तो याद भी नहीं रहा आ पई लभ गई। 6:00 टाइम पिस खड़ गया मैं तो पता नहीं 6:35 टाइम हो गया वैसे 7:40 लाइट जा चुकी है हनेरा हनेरा तो मैं वैसे आ भी लिया हूँ तो पट्ठे वगैरह वढ़ के रखते जी कुतरन लग गया सी लाइट चलेगी इन्हों खड़ाता इतने देखो तो बाकी देख लीजिए जो लाइट आएगी तो कुतर देंगे उतर देंगे तो बाकी फिर सुबह सुबह भेजा होना।